ਮਾਮਲਾ ਵਾਲਿਆਂ ਕੁਛ ਨਾਲ ਨਹੀਂ ਜੀ, ਹੋਰ ਕੀ ਪਹਿਲੀ ਵਾਰ ਆ ਸੀ ਡਰਾਈਵਰ ਤੇ ਉਹਨੇ ਟਿਲਰ ਜਿਹੜਾ ਉਹ ਵੱਜਾ ਕਿਸੇ ਚੀਜ਼ ਨਾਲ ਥੱਲੇ, ਕਹਿਣ ਲੱਗਾ ਕੋਈ ਚੀਜ਼ ਹੈਗੀ ਥੱਲੇ। ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਪੁੱਟ ਕੇ ਦੇਖਿਆ, ਸਾਨੂੰ ਕੋਈ ਸ਼ੱਕੀ ਚੀਜ਼ ਲੱਗੀ, ਇਸ ਕਰਕੇ ਅਸੀਂ ਥਾਣੇ ਤਲਾਹ ਕਰਤੀ ਤੇ SHO ਸਾਹਿਬ ਨੇ ਆ ਕੇ ਮੌਕੇ ਤੇ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਇਹ ਕੋਈ ਪੁਰਾਣਾ ਬੰਬ ਆ ਜਿਹੜਾ ਲੱਭਿਆ ਸੀ। ਕੁਛ ਆਕਾਰ ਦਾ ਪਤਾ ਲੱਗ ਸਕਦਾ ਜੀ, ਕਿੱਦਾਂ ਆਕਾਰ ਦਾ, ਕਿੱਡਾ ਕੁ ਵੱਡਾ ਸੀ? ਕੋਈ 1.5 ਫੁੱਟ ਦਾ ਹੋਣਾ। ਜਾਣਕਾਰੀ ਦਿੱਤੀ ਵੀ ਉਹਨਾਂ ਨੂੰ ਅਜੇ ਮਿੱਟੀ ਦੀਆਂ ਬੋਰੀਆਂ ਭਰ ਕੇ ਥੋੜਾ ਕੰਟੇਨ ਕੀਤਾ ਜਾਵੇ।